ਲਓ ਵੀ ਦੋਸਤੋ, ਆਪਾਂ ਖਾਣ ਲੱਗੇ ਹਾਂ ਸੁਬਹਾ ਵਾਲੀ ਰੋਟੀ। ਅਤੇ ਰੋਟੀ ਦੇ ਨਾਲ ਆਪਾਂ ਅੱਜ ਬਣਾਈ ਆ ਸਬਜ਼ੀ, ਦੇਸੀ ਕੱਦੂ ਆਪਣੇ ਘਰ ਦਾ ਜਿਹੜਾ ਲੱਗਿਆ ਹੋਇਆ ਸੀਗਾ ਵੱਲਾਂ ਦੇ ਵਿੱਚ, ਹੈਂ। ਅਤੇ ਦੇਸੀ ਸਬਜ਼ੀ ਬਣਾਈ ਕੱਦੂ ਦੀ ਦੇਸੀ ਦੀ, ਹੈਂ। ਅਤੇ ਉਸ ਤੋਂ ਅੱਗੇ ਆਪਾਂ ਦੇਖੋ ਨਾਲ ਇਹਦੇ ਰੱਖੀਆਂ ਮਿਰਚਾਂ ਅਚਾਰੀ ਅਤੇ ਲੱਸੀ ਅਤੇ ਰੋਟੀਆਂ ਜਿਹੜੀਆਂ ਪਕਾਈਆਂ ਅੱਜ ਮੈਂ। ਮੈਂ ਰੋਟੀਆਂ ਪਕਾਈਆਂ, ਦਿਖਾਈ ਮੇਰੀ ਰੋਟੀ ਦਾ ਸੈਂਪਲ, ਖਾਈ ਕੋਈ ਇੱਕ, ਹੈਂ। ਲੈ ਆਹ ਰੋਟੀ ਵਿਖਾ, ਕਿੱਥੇ ਵਿਖਾ, ਇੱਕ ਮਿੰਟ ਦਿਸਦੀ ਨਹੀਂ ਪਈ, ਹੁਣ ਵਿਖਾ। ਹਾਂ ਲੈ, ਇਹ ਵਿੰਗੀ ਟੇਢੀ ਆ, ਚੱਲ ਕੋਈ ਗੱਲ ਨਹੀਂ, ਖਾਣੀ ਤਾਂ ਚੱਬ ਗਈ ਹੈ ਕਿ ਨਹੀਂ। ਆਹ ਰੋਟੀਆਂ ਪਕਾਈਆਂ ਮੈਂ ਅੱਜ ਗੈਸ ਦੇ ਉੱਤੇ, ਰਾੜ ਕੇ ਪਕਾਈਆਂ, ਹੈਂ। ਘਿਓ ਤਾਂ ਫਿਰ ਐਂ ਲੱਗ ਜਾਂਦਾ, ਘਿਓ ਤੋਂ ਬਿਨਾਂ ਰੋਟੀ ਮੱਚ ਜਾਂਦੀ ਹੈ ਨਾ। ਅਤੇ ਆਹ ਗਲਾਸ ਖਾਲੀ ਆ, ਲੱਸ ਗਈ ਜੀ ਬਣੀ ਸਬਜ਼ੀ, ਵਧੀਆ ਬਣੀ ਆ, ਲੱਸੀ ਪੀ ਕੇ ਵੇ। ਖੱਟੀ ਹੈ ਕਿ ਮਿੱਠੀ ਜੀ ਹੈ, ਹੈਂ ਕੀ ਜੀ ਦਿਖਾਈ, ਹੈਂ ਵਧੀਆ। ਲੈ ਵੀ ਆਪਾਂ ਵੇਖ ਲਓ ਲੱਸੀ ਪੀ ਕੇ ਕਿਹੋ ਜੀ ਆ। ਆਹ ਬਹੁਤ ਵਧੀਆ ਲੱਸੀ ਹੈ, ਠੰਡੀ ਠਾਰ, ਪੂਰੀ ਨਜ਼ਾਰੇਦਾਰ। ਖਾਈਏ ਰੋਟੀ ਆਪਾਂ, ਗੱਲਾਂ ਹੋਈਆਂ ਬਹੁਤ, ਹੈਂ। ਸ਼ਾਮ ਨੂੰ ਮੈਂ ਹੀ ਬਣਾਉਂਗੀ, ਸ਼ਾਮ ਨੂੰ ਸੰਦੀਪ ਸਬਜ਼ੀ ਬਣਾਊਗੀ, ਹੁਣ ਅੱਗੇ ਨਾਲੋਂ ਠੀਕ ਹੋ ਗਈ ਹੈ। ਉਹਨਾਂ ਦੀ ਹਲਦੀ ਜ਼ਿਆਦੀ ਪੈ ਗਈ, ਜ਼ਿਆਦੀ ਆ ਦੋਸਤੋ, ਹਲਦੀ ਪੈ ਗਈ ਜ਼ਿਆਦੀ ਅੱਜ ਸਬਜ਼ੀ ਦੇ ਵਿੱਚ ਮੇਰੇ ਤੋਂ, ਬਿਲਕੁਲ ਥੋੜ੍ਹੀ ਜਿਹੀ ਮਾੜੀ ਮਾੜੀ ਜਿਵੇਂ ਹਲਦੀ ਹੈ, ਦੇਖ ਜੀ ਜ਼ਿਆਦੀ ਆ ਰਹੀ ਹੈ। ਚੱਲ ਕੋਈ ਨਹੀਂ, ਵੈਸੇ ਊਂ ਸਬਜ਼ੀ ਸਵਾਦ ਬਣੀ, ਦੇਸੀ ਸੀ ਨਾ ਕੱਦੂ ਆਪਣੇ, ਬਹੁਤ ਵਧੀਆ ਬਣਿਆ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ।